ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲਓ ਦੋਸਤੋ 25 5 2023 25 ਮਈ 2023 ਦਿਨ ਹੋ ਗਿਆ ਅੱਜ ਵੀਰਵਾਰ ਆਜਾ ਰਸੀਬ ਇਹ ਲੈ ਕੇ ਤੁਹਾਡੇ ਵਾਸਤੇ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਖਬਰਾਂ ਇਮੀਗ੍ਰੇਸ਼ਨ ਦੀਆਂ ਤੇ ਜਾਣਕਾਰੀ ਕੰਮ ਦੀ ਤੁਹਾਡੇ ਖਬਰਾਂ ਤੇ ਜਾਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਕੇ ਨਾਲ ਬੈਲ ਆਈਕਨ ਵਾਲ ਤੇ ਕਲਿੱਕ ਕਰ ਲਿਓ ਤਾਂ ਕਿ ਜਿਹੜੀ ਆਨਲਾਈਨ ਡੇਲੀ ਦੀ ਖਬਰ ਆ ਪਲਾਂ ਖਬਰ ਚੰਗੀ ਆ ਬਾ ਮਾੜੀ ਆ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਹੜੇ ਮੇਰੇ ਵੀਰ ਇਟਲੀ ਦੇ ਵਾਸਤੇ ਖਾਸ ਕਰਕੇ ਇਟਲੀ ਦੇ ਵਾਸਤੇ ਟੂਰਿਸਟ ਵੀਜ਼ਾ ਫੈਮਿਲੀ ਵੀਜ਼ਾ ਵਿਜ਼ਿਟਿੰਗ ਵੀਜ਼ਾ ਜਾਂ ਵਰਕਿੰਗ ਵੀਜ਼ਾ ਕੋਈ ਵੀ ਕਿਸੇ ਵੀ ਕਿਸਮ ਦੀ ਫਾਈਲ ਤਿਆਰ ਕਰਵਾਉਣੀ ਆ ਜਾਂ ਇਟਲੀ ਤੋਂ ਇੰਡੀਆ ਇੰਡੀਆ ਤੋਂ ਇਟਲੀ ਦੀ ਕੋਈ ਟਿਕਟ ਬੁੱਕ ਕਰਾਉਣੀ ਆ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਲੰਬਾ ਟਰੈਵਲ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਪੂਰਾ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਸਭ ਸਭ ਤੋਂ ਸਸਤੀਆਂ ਟਿਕਟਾਂ ਜਿਹੜੀਆਂ ਚੀਪੈਸਟ ਫਲਾਈਟ ਰੇਟਸ ਆ ਅਵੇਲੇਬਲ ਹੈਗੇ ਇਹਨਾਂ ਕੋਲ ਇਸ ਟਾਈਮ ਇਟਲੀ ਤੋਂ ਇਟਲੀ ਤੋਂ ਇੰਡੀਆ ਕਿਉਂਕਿ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ ਤੇ ਕੰਟੈਕਟ ਕਰ ਸਕਦੇ ਆ ਪਹਿਲੀ ਖਬਰ ਸ਼ੇਅਰ ਕਰਾਂਗਾ ਦੋਸਤੋ ਗੁੱਡ ਨਿਊਜ਼ ਗੁੱਡ ਨਿਊਜ਼ ਜਿਹੜੇ ਮੇਰੇ ਵੀ ਇਟਲੀ ਦੇ ਵਿੱਚ ਆਪਣੇ ਬਹੁਤ ਵੇਟ ਕਰ ਰਹੇ ਆ ਕਿਉਂਕਿ ਹਰ ਰੋਜ਼ ਕਮੈਂਟ ਆਉਂਦੇ ਆ ਮੈਸੇਜ ਆਉਂਦੇ ਭਾਜੀ ਕਨਵਰਸਿਓਨ ਵਾਲੇ ਕਨਵਰਸਿਓਨ ਦੇ ਦਾ ਕੋਈ ਅਪਡੇਟ ਦਿਓ ਕਨਵਰਸਿਓਨ ਦੇ ਦੀ ਸੋ ਖਬਰਾਂ ਰਿਪੋਰਟ ਕਰਨ ਤੋਂ 10 ਮਿੰਟ ਪਹਿਲਾਂ ਹੀ ਇੱਕ ਵੀਰ ਦਾ ਆਪਾਨੂੰ ਫੋਨ ਆਇਆ ਸਪੈਸ਼ਲ ਮੈਸੇਜ ਹੈ ਪਹਿਲਾਂ ਫੋਨ ਆਇਆ ਤੇ ਇਹ ਗੁੱਡ ਨਿਊਜ਼ ਆ 27 ਮਾਰਚ ਨੂੰ ਕਨਵਰਸਿਓਨਰ ਦੀ ਮੰਗ ਕੀਤਾ ਸੀ ਵੀਰ ਨੇ ਲਤੀਨਾ ਤੋਂ ਲਤੀਨਾ ਜ਼ਿਲ੍ਹੇ ਤੋਂ ਕੀਤਾ ਸੀ ਦਮੰਦਾ ਤੇ ਜਿਹਦਾ ਕਿ ਦਮੰਦਾ ਓਕੇ ਹੋ ਚੁੱਕਾ ਕਨਵਰਸਿਓਨਰ ਆਗਸਤ ਦੇ ਵਿੱਚ ਡੇਟ ਮਿਲੀ ਹੈ ਕਿਟ ਜਮਾ ਕਰਾਉਣ ਦੀ ਠੀਕ ਆ ਆਗਸਤ ਦੀ ਡੇਟ ਮਿਲੀ ਆ ਤੇ 27 ਮਾਰਚ ਨੂੰ ਦਮੰਦਾ ਕੀਤਾ ਸੀ ਕਨਵਰਸਿਓਨ ਨਾਲ ਤੇ ਗੁੱਡ న్యూਸ ਆ ਮਤਲਬ ਕਨਵਰਸਿਓਨ ਨੇ ਚਲੋ ਆਪਾਂ ਨੂੰ ਤਾਂ ਇੱਕ ਵੀਰਨ ਦੱਸਿਆ ਹੋਰ ਪਤਾ ਨਹੀਂ ਕਿੰਨੇ ਕ ਨਿਕਰੇ ਹੋਣਗੇ ਤੇ ਉਹ ਜਿੰਨਾ ਜਰ ਆਪਣੇ ਕੋਲੇ ਅਪਡੇਟ ਨਹੀਂ ਆਉਂਦੀ ਕੋਈ ਜਾਣਕਾਰੀ ਨਹੀਂ ਆਉਂਦੀ ਜਿੰਨੀ ਆਉਂਦੀ ਆ ਆਪਾਂ ਉਹਨਾਂ ਇੱਕ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇੱਥੇ ਵੀਰ ਨੇ ਇਹ ਵੀ ਦੱਸਿਆ ਵੀਰ ਆਪਣੇ ਬਹੁਤ 2 ਸਾਲਾਂ ਤੋਂ ਤਕਰੀਬਨ ਜੁੜਿਆ ਹੋਇਆ ਤੇ ਉਹ ਵੀਰ ਨੇ ਵੀਡੀਓ ਸ਼ੇਅਰ ਕੀਤੀ ਆਪਣੇ ਨਾਲ ਇੱਕ ਕਹਿੰਦਾ ਬਈ ਭਾਈ ਤੁਸੀਂ ਵੀਡੀਓ ਇੱਕ ਜੀ ਦੱਸਿਆ ਸੀ ਵੀ ਜੇਕਰ ਇਟਲੀ ਜਦ ਕਾਮਯਾਬ ਹੋਆ ਇੱਕ ਦੇ ਬਣ ਕੇ ਰੋ ਇੱਕ ਮਾਲਕ ਦੇ ਬਣ ਕੇ ਰੋ ਉਸੇ ਬੇਸ ਤੇ ਵੀਰ ਚੱਲਿਆ ਤੇ ਇੱਕ ਮਾਲਕ ਦੇ ਟਿਕਿਆ ਉਸੇ ਮਾਲਕ ਨੇ ਜਿਹਨੇ ਸੱਦਿਆ ਸੀ ਉਸ ਨੇ ਦਮਾਂਦਾ ਕਰਾਇਆ ਉਸੇ ਮਾਲਕ ਨੂੰ ਕੰਮ ਕਰਕੇ ਵਿਖਾਇਆ ਤੇ ਉਸੇ ਮਾਲਕ ਨੇ ਦਮਾਂਦਾ ਪੱਕੇ ਹੋਣ ਦਾ ਕਰਵਾਤਾ ਤੇ ਦਮਾਂਦਾ ਪਾਸ ਹੋ ਗਿਆ ਸੋ ਸ਼ੁਕਰ ਕਰਦਾ ਹਾਂ ਰੱਬ ਦਾ ਬਈ ਚਲੋ ਆਪਣੀ ਕਿਸੇ ਇੱਕ ਗੱਲ ਦਾ ਕਿਸੇ ਇੱਕ ਬੰਦੇ ਨੂੰ ਫਾਇਦਾ ਹੋਇਆ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਤੇ ਚਲੋ ਆਪਣੀ ਗੱਲ ਹੁੰਦੀ ਆ ਕੰਮ ਹੁੰਦਾ ਵੀ ਸਿੱਧੇ ਰਾਹ ਪਾਉਣਾ ਮਤਲਬ ਸਹੀ ਗੱਲ ਦੱਸਣੀ ਹੈ ਨਾ ਵੀ ਜੇ ਇੱਕ ਮਾਲਕ ਦੇ ਬਣ ਗਏ ਤਾਂ ਉਹ ਸਭ ਕੁਝ ਕਰਾਉਣ ਦਾ ਕੰਮ ਕਰਕੇ ਖਾਓ ਜੇ ਤੁਸੀਂ ਏਜੰਟਾਂ ਦੇ ਧੱਕੇ ਚੜ ਗਏ ਉਹਦੇ ਹੱਥ ਪੱਲੇ ਤੁਸੀਂ ਪੈਸਾ ਖਰਚੀ ਜਾਣਾ ਤੇ ਹੱਥ ਪੱਲੇ ਕੁਝ ਨਹੀਂ ਆਉਣਾ ਅਗਲੀ ਗੱਲ ਨਾ ਪੋਲੀ ਨਾ ਪੋਲੀ ਪਰਫਾ ਤੂਰੇ ਤੋਂ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਵੀ ਨਾ ਪੋਲੀ ਪਰਫਾ ਤੂਰੇ ਦੀ ਅਪਾਇੰਟਮੈਂਟ ਦਾ ਕੀ ਮੋਲ ਹੈ ਉਹ ਨਾਪੋਲੀ ਦਾ ਮੈਂ ਕਹਿ ਸਕਦਾ ਵੀ ਨਾਪੋਲੀ ਦੀ ਆਪਣੇ ਕੋਲੇ ਅਪਡੇਟ ਪਰਫਾਤੂਰੇ ਦੀ ਕੋਈ ਅਪਡੇਟ ਨਹੀਂ ਆ ਰਹੀਗੀ ਹਾਂ ਨਾਪੋਲੀ ਜਿਹੜੇ ਨੂਲੇ ਉਸ ਤੇ ਨਿਕਲ ਰਹੇ ਆ ਉਹ ਬਹੁਤ ਡੇਲੀ ਡੇਲੀ ਬੇਸ ਤੇ ਤਕਰੀਬਨ ਨਿਕਲ ਰਹੇ ਆ ਕਿਉਂਕਿ ਨਾਪੋਲੀ ਇਹਦੀਆਂ ਬ੍ਰਾਂਚਾਂ ਹੁੰਦੀਆਂ ਨੇ ਦੋਸਤੋ ਵੀ ਇਹ ਨਹੀਂ ਵੀ ਪਰਫਾਤੂਰੇ ਤੋਂ ਕਹਿੰਦੇ ਨੂਲੇ ਉਸ ਤੇ ਨਿਕਲਿਆ ਜਾਂ ਉੱਥੇ ਹੀ ਬੰਦੇ ਹੋਣਗੇ ਉੱਥੇ ਇਹ ਫੈਲਾ ਕਿੱਟਾਂ ਜਮਾ ਹੋਣਗੀਆਂ ਇਹ ਬ੍ਰਾਂਚਾਂ ਹੁੰਦੀਆਂ ਨੇ ਜਿਵੇਂ ਪਰਫਾਤੂਰੀ ਤੋਂ ਸਪੋਰਟ ਤੇ ਲੋ ਊਨੀ ਕੋ ਇਹ ਨੂਲੇ ਉਸ ਤੇ ਜਾਰੀ ਕਰਦਾ ਤੇ ਜਿਹੜੇ ਕਿਟਾਂ ਜਮਾਂ ਹੁੰਦੀਆਂ ਉਹ ਹੋਰ ਵਿਰਾਜ ਹੁੰਦੀ ਹੈ ਪਰਪਤੂਰੇ ਦੀ ਅੱਗੇ ਖਬਰ ਕੰਪਨੀਆਂ ਦੁਆਰੇ ਇਹ ਕੰਪਨੀਆਂ ਕੰਪਨੀਆਂ ਦੇ ਸਟੇਟ ਦੇ ਇੱਕ ਇਲਾਕੇ ਪੈਂਦਾ ਅਨਸਤਾਰੀਆ ਉੱਥੇ ਇੱਕ ਪਿਆਸਾ ਕੰਤਾ ਕਤਾਣੀਆਂ ਬਾੜ ਜਿਹਦੇ ਵਿੱਚ ਕਿ ਇੱਕ ਗੋਲਾਬਾਰੀ ਦੇ ਵਿੱਚ ਇੱਕ 10 ਸਾਲਾ ਬੱਚੀ ਤੇ ਉਹਦੇ ਮਾਂ ਪਿਓ ਗੰਭੀਰ ਜ਼ਖਮੀ ਹੋ ਗਿਆ ਹਾਲਾਂਕਿ 10 ਸਾਲਾ ਬੱਚੀ ਨੂੰ ਹਸਪਤਾਲ ਪਹੁੰਚਾ ਕੇ ਉਹਦਾ ਇੱਕ ਆਪਰੇਸ਼ਨ ਕਰਕੇ ਗੋਲੀ ਕੱਢ ਲਈ ਗਈ ਹੈ ਪਰ ਦੂਜਾ ਆਪਰੇਸ਼ਨ ਅਜੇ ਬਾਕੀ ਹੈ ਤੇ ਇਹ ਇਸ ਬਾਰ ਦੇ ਉੱਤੇ ਆਈਸਕ੍ਰੀਮ ਖਾ ਰਹੇ ਸੀ ਪੂਰੀ ਫੈਮਿਲੀ ਆਈਸਕ੍ਰੀਮ ਖਾ ਰਹੀ ਸੀ ਇੱਕ ਅਣਪਛਾਤੇ ਵਿਅਕਤੀ ਵੱਲੋਂ ਜਿਹੜੀ ਗੋਲਾਬਾਰੀ ਕੀਤੀ ਗਈ ਹੈ ਜਿਦੇ ਵਿੱਚ ਕੇ ਇਹ ਜ਼ਖਮੀ ਹੋਇਆ ਖਬਰ ਸ਼ੇਅਰ ਕਰਦੇ ਹਾਂ ਜਿਹੜੀ ਸਰਕਾਰ ਵੱਲੋਂ ਸਹਾਇਤਾ ਦਾ ਐਲਾਨ ਕੀਤਾ ਗਿਆ 2 ਕਰੋੜ ਯੂਰੋ ਦੀ ਤੋਂ ਵੱਧ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਮਿਲੀਅਨ ਮਾਣੀਆਂ ਦੇ ਵਿੱਚ ਜਿਹੜਾ ਪਚਾਲ ਆਏ ਸੀਗੇ ਉਹਨਾਂ ਦੇ ਵਿੱਚ ਹੜ੍ਹ ਸੌਰੀ ਹੜ੍ਹ ਆਏ ਸੀਗੇ ਪਚਾਲ ਨਹੀਂ ਹੜ੍ਹ ਆਏ ਸੀਗੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਹੈਲਪ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਤੇ ਹੁਣ ਇਹ ਇੱਥੇ ਇੱਕ ਜਿਹੜੀ ਨਵੀਂ ਨਿਊ ਸਾਹਮਣੇ ਆ ਰਹੀ ਹੈ ਵੀ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਮਤਲਬ ਜਿਹੜੇ ਉੱਤੇ ਘਰ ਰਹਿੰਦੇ ਸੀਗੇ ਪਰਿਵਾਰ ਰਹਿੰਦੇ ਸੀ ਭਾਵੇਂ ਸਿੰਗਲ ਬੰਦਾ ਰਹਿੰਦਾ ਸੀਗਾ ਜਿਨ੍ਹਾਂ ਦਾ ਵੀ ਕੋਈ ਨੁਕਸਾਨ ਹੋਇਆ ਤੇ ਉਹਨਾਂ ਦੇ ਜੇ ਇੱਕ ਬੰਦੇ ਇੱਕ ਬੰਦਾ ਰਹਿੰਦਾ ਹੈ ਇੱਕ ਘਰ ਦੇ ਵਿੱਚ ਉਹਨੂੰ 400 ਯੂਰੋ ਦੀ ਹੈਲਪ ਮਿਲੂਗੀ ਜੇਕਰ ਇੱਕ ਘਰ ਦੇ ਵਿੱਚ ਦੋ ਜਾਣੇ ਰਹਿੰਦੇ ਸੀਗੇ ਉਹਨਾਂ ਨੂੰ 500 ਯੂਰੋ ਦੀ ਜੇ ਇੱਕ ਘਰ ਦੇ ਵਿੱਚ ਤਿੰਨ ਜਾਣੇ ਸੀਗੇ ਤੇ ਉਹਨਾਂ ਨੂੰ 700 ਯੂਰੋ ਤੱਕ ਦੀ ਹੈਲਪ ਜਿਹੜੀ ਮਿਲੇਗੀ ਸਰਕਾਰ ਵੱਲੋਂ ਜੇ ਚਾਰ ਜਾਣੇ ਸੀਗੇ 800 ਯੂਰੋ ਦੀ ਜੇ ਪੰਜ ਜਾਂ ਪੰਜ ਤੋਂ ਜ਼ਿਆਦਾ ਜਾਣੇ ਸੀਗੇ ਘਰ ਦੇ ਵਿੱਚ ਰਹਿੰਦੇ ਉਹਨਾਂ ਨੂੰ 900 ਯੂਰੋ ਦਾ ਸਰਕਾਰੀ ਸਹਾਇਤਾ ਜਿਹੜੀ ਮਿਲੇਗੀ ਕਿਉਂਕਿ ਇਸ ਜਿਹੜਾ ਹੜ੍ਹਾਂ ਦੇ ਵਿੱਚ ਘਰਾਂ ਦਾ ਮਤਲਬ ਨੁਕਸਾਨ ਜ਼ਿਆਦਾ ਨਹੀਂ ਹੋਇਆ ਪਰ ਘਰਾਂ ਦੀ ਤੀਬਰਤਾ ਜਿਹੜੀ ਖਰਾਬ ਹੋ ਗਈ ਹੈ ਸੈਟਿੰਗ ਸੈਟਲਮੈਂਟ ਜਿਹੜੀ ਖਰਾਬ ਹੋ ਗਈ ਹੈ ਉਹਦਾ ਉਹਦੇ ਤੇ ਜਿਹੜਾ ਸਰਕਾਰ ਨੇ ਐਲਾਨ ਕੀਤਾ ਤੇ ਇਹ ਤੇ ਜੇਕਰ ਘਰ ਦੇ ਵਿੱਚ ਕੋਈ ਡਿਸੇਬਲ ਪਾਹਜ ਹੈਗਾ ਤੇ ਇਸ ਅਰਦ ਦੇ ਵਿੱਚ 200 ਯੂਰੋ ਉਹਦੇ ਮਿਲਣਗੇ ਮਤਲਬ ਜੇ ਕਿਸੇ 900 ਮਿਲਣਾ 200 ਯੂਰੋ ਪਾ ਕੇ 1100 ਯੂਰੋ ਦੀ ਹੈਲਪ ਮਿਲੇਗੀ ਤੇ ਬਾਕੀ ਇਸ ਹੜਾ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੀਆਂ ਕੈਸ਼ ਤਾਂ ਆਉਂਦੀਆਂ ਕਿਸੇ ਲੋਨ ਦੀਆਂ ਕੈਸ਼ ਤਾਂ ਜਾਂ ਬਿਜਲੀ ਦੇ ਬਿੱਲ ਵੈਲ ਵਗਰਾ ਆਉਂਦੇ ਉਹ ਅਗਲੇ ਹੁਕਮਾਂ ਤੱਕ ਸਸਪੈਂਡ ਕਰ ਦਿੱਤੇ ਗਏ ਆ ਮਤਲਬ ਅਗਲੇ ਹੁਕਮਾਂ ਤੱਕ ਮਤਲਬ ਰੋਕ ਦਿੱਤੇ ਗਏ ਆ ਮਿਲਾਨ ਤੋਂ ਖਬਰ ਆ ਰਹੀ ਹੈ ਮਿਲਾਨ ਤੋਂ ਮਿਲਾਨ ਦੇ ਵਿੱਚ ਇੱਕ ਬ੍ਰਾਜ਼ੀਲ ਦੀ 41 ਸਾਲਾ ਔਰਤ ਦੀ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਬਈ ਚਾਰ ਪੁਲਿਸ ਜਾਂ ਲੋਕਲ ਜਿਹੜੀ ਲੋਕਲ ਪੁਲਿਸ ਹੁੰਦੀ ਹੈ ਕਮੂਨਿਟੀ ਦੀ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਆ ਇਹ ਜਿਹੜੀ ਵੀਡੀਓ ਦੇ ਵਿੱਚ ਕੁਝ ਹੋਰ ਵਿਖਾਇਆ ਵਿਖਾਇਆ ਵੀਡੀਓ ਦੇ ਵਿੱਚ ਉਹੀ ਆ ਤੇ ਪਰ ਜਿਵੇਂ ਪੇਸ਼ ਕੀਤੀ ਜਾ ਰਹੀ ਵੀਡੀਓ ਕੁਝ ਹੋਰ ਹੈ ਇਹਦੀ ਰੀਅਲਿਟੀ ਕੁਝ ਹੋਰ ਹੈ ਇਹ ਦੱਸਿਆ ਜਾਂਦਾ ਵੀ ਇਹ ਜਿਹੜੀ ਲੇਡੀ ਸੀਗੀ ਖਬਰ ਸਾਹਮਣੇ ਤੁਸੀਂ ਵੇਖ ਰਹੇ ਹੋ ਵੀ ਇਹ ਕੱਚੀ ਸੀਗੀ ਇਲੀਗਲ ਸੀਗੀ ਬਿਨਾ ਪੇਪਰਾਂ ਤੋਂ ਸੀਗੀ ਲੇਡੀ ਜਦੋਂ ਇਹਦਾ ਕੰਟਰੋਲ ਕੀਤਾ ਗਿਆ ਲੋਕਲ ਪੁਲਿਸ ਵੱਲੋਂ ਤੇ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹਨੂੰ ਵੱਡੀ ਜਿਹਾ ਬਿਠਾਉਣ ਲੱਗੇ ਤਾਂ ਇਹਨੇ ਪੁਲਿਸ ਤੇ ਹਮਲਾ ਕੀਤਾ ਕਿ ਲੋਕਲ ਪੁਲਿਸ ਤੇ ਹਮਲਾ ਕੀਤਾ ਬਾਅਦ ਸਾਨੂੰ ਪਤਾ ਹੀ ਆ ਵੀ ਬਰਾਜ਼ੀਲ ਦੀਆਂ ਲੇਡੀ ਕਿਹੋ ਜੀਆਂ ਹੁੰਦੀਆਂ ਆ ਤੇ ਉਹਨੇ ਕਾਬਦਾ ਰੰਗ ਵਿਖਾਇਆ ਤਾਂ ਉਧਰੋਂ ਪੁਲਿਸ ਨੇ ਆਪ ਦਾ ਰੰਗ ਵਿਖਾਇਆ ਕਾਬੂ ਕਰਨ ਵਾਸਤੇ ਤੇ ਉਸ ਤੋਂ ਬਾਅਦ ਜਿਹੜੀ ਇਹ ਵੀਡੀਓ ਰਿਕਾਰਡ ਕੀਤੀ ਗਈ ਆ ਇਹ ਕੋਈ ਨਾਲ ਯੂਨੀਵਰਸਿਟੀ ਉੱਥੋਂ ਸਟੂਡੈਂਟ ਨਾਲ ਦੇ ਸੀ ਉਹਨਾਂ ਵਿੱਚੋਂ ਕਿਸੇ ਸਟੂਡੈਂਟ ਨੇ ਵੀਡੀਓ ਰਿਕਾਰਡ ਕਰਕੇ ਵਾਇਰਲ ਕਰ ਦਿੱਤੀ ਗਈ ਆ ਬਾਅਦ ਪਰ ਇਹ ਨਿਊਜ਼ ਦੇ ਵਿੱਚ ਦੱਸਿਆ ਗਿਆ ਵੀ ਇਹਦੇ ਵਿੱਚ ਪੁਲਿਸ ਦੀ ਕੋਈ ਮਤਲਬ ਧੱਕੇਸ਼ਾਹੀ ਨਹੀਂ ਕੋਈ ਪੁਲਿਸ ਦੀ ਗਲਤੀ ਨਹੀਂ ਕਿਉਂਕਿ ਹਮਲਾ ਹਮਲਾ ਵਰ ਲੋਕਾਂ ਕੋਲ ਕੀਤਾ ਗਿਆ ਸੱਤੇ ਤਰਨਤਾ ਦੀ ਗੱਲ ਕਰਦੇ ਆ ਜੇਕਰ ਤੁਸੀਂ ਹਰ ਸਾਲ ਸੱਤੇ ਤਰਨਤਾ ਕਰਾਉਂਦੇ ਆ ਸਾਰੇ ਮੇਰੇ ਵਿੱਚ ਸੱਤੇ ਤਰਨਤਾ ਦਾ ਦਮਾਂਦਾ ਕਰਦੇ ਆ ਜੇਕਰ ਤੁਸੀਂ ਉਸੇ ਕਾਫ ਜਾਂ ਪਤਰੋਂਾਂ ਤੋਂ ਜਾਂ ਕਿਸੇ ਆਪਦੇ ਵਕੀਲ ਦੇ ਥਰੂ ਕਰਦੇ ਆ ਜਿੱਥੋਂ ਹਰ ਸਾਲ ਕਰਾਉਣੇ ਆ ਫਿਰ ਕੋਈ ਟੈਨਸ਼ਨ ਨਹੀਂ ਕੋਈ ਉਹਦੇ ਹਾਸਤੇ ਡਾਕੂਮੈਂਟ ਕੱਲੀ ਕੁਦ ਤੁਹਾਨੂੰ ਸੈਂਡ ਕਰਨੀ ਪੈਣੀ ਆ ਉਹਦੇ ਬੇਸ ਤੇ ਕਰ ਦੂਗਾ ਜੇਕਰ ਤੁਸੀਂ ਆਪਣੇ ਕੰਮ ਦੀ ਜਗਾ ਬਦਲੀ ਆ ਠੀਕ ਹੈ ਜਾਂ ਦਮਾਂਦਾਗਰ ਦਾ ਵਾਸਤੇ ਕੋਈ ਵਕੀਲ ਪਤਰੋਂ ਨਾਲ ਤੋਂ ਕਾਫ ਬਦਲਿਆ ਤੇ ਉਹਦੇ ਅਸੇ ਡਾਕੂਮੈਂਟ ਕੀ ਕੀ ਚਾਹੀਦੇ ਹੁੰਦੇ ਆ ਪਹਿਲਾਂ ਤਾਂ ਤੁਹਾਡੇ ਆਪ ਦੇ ਡਾਕੂਮੈਂਟ ਪਲੱਸ ਕੋਡਿਫਿਸਕਲ ਇਹ ਚਾਹੀਦੇ ਨੇ ਪੂਰੀ ਫੈਮਿਲੀ ਦੇ ਇਕੱਲੇ ਨਹੀਂ ਪੂਰੀ ਫੈਮਿਲੀ ਦੇ ਜੇਕਰ ਸਿੰਗਲ ਵੀ ਹੈ ਤਾਂ ਤੁਹਾਡੇ ਜੇਕਰ ਫੈਮਿਲੀ ਹੈ ਪੂਰੀ ਫੈਮਿਲੀ ਦੀ ਉਸ ਤੋਂ ਬਾਅਦ ਤੁਹਾਡੀ ਖੁਦ ਇਹ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੋਈ ਬੰਦਾ ਕੰਮ ਕਰਦਾ ਉਹਦੀ ਖੁਦ ਤੇ ਸਪੇਸੇ ਸਨਦਾਰੀਆ ਤੇ ਸਪੇਸੇ ਮੈਡੀਕੇ ਤੇ ਜੇਕਰ ਤੁਹਾਡੇ ਕੋਲ ਗੱਡੀ ਹੋ ਜੀ ਹੈਗੀ ਹੈ ਰੱਖੀ ਆ ਉਹਦੀ ਇਸ ਸਿਕਰਾ ਸੋਨੀ ਸਿਕਰਾ ਸੋਨ ਦੀ ਡਿਟੇਲ ਪਲੱਸ ਸਪੇਸੇ ਅਫੀਤੋ ਜੇਕਰ ਤੁਸੀਂ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਆ ਇਹ ਸਾਰਾ ਡਾਕੂਮੈਂਟ ਦੇਣੇ ਪੈਂਦੇ ਆ ਜੇਕਰ ਤੁਸੀਂ ਨਵੇਂ ਪਤਰੋਨਾਤ ਤੋਂ ਇਹਨਾਂ ਦਵਾੰਦੇ ਕਰਦੇ ਆ ਆ ਜੇਕਰ ਪੁਰਾਣੇ ਦੇ ਕਰਦੇ ਜਿੱਥੋਂ ਪਹਿਲਾਂ ਕਰਦੇ ਸੀਗੇ ਉਹਨਾਂ ਨੂੰ ਦੇਣ ਦੀ ਲੋੜ ਨਹੀਂ ਉਹਨਾਂ ਦੇ ਕੰਪਿਊਟਰ ਅਦੇ ਵਿੱਚ ਆਟੋਮੈਟਿਕ ਸੇਵ ਹੋਏ ਹੁੰਦੇ ਆ ਸਾਰਾ ਬਾਇਓ ਡਾਟਾ ਗੱਲ ਕਰਦੇ ਆ ਇਟਲੀ ਦੇ ਪੂਰੇ ਯੂਰਪ ਦੇ ਵਿੱਚ ਪਹਿਲਾਂ ਗੱਲ ਕਰਦੇ ਆ ਇਟਲੀ ਦੇ ਵਿੱਚ ਕਿ ਤਕਰੀਬਨ ਪਿਛਲੇ 2022 ਦੀ ਰਿਪੋਰਟ ਆ ਰਹੀ ਹੈ ਇਹ ਟੈਲੀਫੋਨੋ ਅਜ਼ੂਰੋ ਦੀ ਰਿਪੋਰਟ 2022 ਦੇ ਵਿੱਚ 17130 ਨਾਬਾਲਗ ਬੱਚੇ ਲਾਪਤਾ ਹੋ ਚੁੱਕੇ ਆ ਜਿਨ੍ਹਾਂ ਦੀ ਰਿਪੋਰਟ ਦਰਜ ਕੀਤੀ ਗਈ ਇੰਨਾ ਬਾਲਗ ਲਾਪਤਾ ਮਤਲਬ ਕਿਡਨਾਪ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ 14410 ਜਿਹੜਾ ਬੱਚਾ 15 ਤੋਂ 17 ਸਾਲ ਦੀ ਉਮਰ ਦਾ ਜਿਹੜਾ ਗਾਇਬ ਹੋਇਆ ਇਟਲੀ ਦੇ ਵਿੱਚ ਇਹ ਮਦ ਦੱਸਿਆ ਜਾਂਦਾ ਵੀ 47 ਜਿਹੜੇ ਬੱਚੇ ਹਰ ਰੋਜ਼ ਪਿਛਲੇ ਸਾਲ ਗਾਇਬ ਹੋਇਆ ਇੱਕ ਦਿਨ ਦੇ ਵਿੱਚ 47 ਬੱਚੇ ਪੂਰੀ ਇਟਲੀ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 75% ਵਿਦੇਸ਼ੀ ਸਟਾਰੇਰੀ ਤੇ 24% ਇਟਾਲੀਆ ਮਤਲਬ 36 ਬੱਚੇ ਵਿਦੇਸ਼ੀ ਸੀ ਕਿ 11 ਬੱਚੇ ਇਟਾਲੀਅਨ ਜਿਹੜੇ ਗਾਇਬ ਹੋਇਆ 2022 ਦੇ ਵਿੱਚ ਤੇ ਬੀਤੇ ਕੱਲ ਜਿਹੜਾ ਚਿਲਡਰਨ ਡੇ ਸੀਗਾ ਉਹ ਤੇ ਇੱਕ ਇਹ ਰਿਪੋਰਟ ਪੇਸ਼ ਕੀਤੀ ਗਈ ਅੰਕੜੇ ਸਾਹਮਣੇ ਆਏ ਆ ਵੀ ਦੱਸਿਆ ਗਿਆ ਵੀ ਪੂਰੇ ਯੂਰਪ ਦੇ ਵਿੱਚ 2.2 ਲੱਖਾ ਬੱਚਾ ਜਿਹੜਾ ਗਾਇਬ ਹੋ ਰਿਹਾ ਮਤਲਬ ਕਿਡਨੈਪ ਹੋ ਰਿਹਾ ਹਰ ਸਾਲ ਪੂਰੇ ਯੂਰਪ ਦੇ ਵਿੱਚ ਸੋ ਆਪੋ ਆਪਣੇ ਬੱਚਿਆਂ ਦਾ ਖਿਆਲ ਆਪਣਾ ਰੱਖਿਆ ਕਰੋ ਕਿਉਂਕਿ ਇਟਲੀ ਦੇ ਵਿੱਚ ਇਹ ਬਹੁਤ ਹਾਈ ਲੈਵਲ ਤੇ ਕੰਮ ਆ। ਨੂੰਲੇ ਉਸ ਤੇ ਗੱਲ ਕਰਾਂ ਨੂੰਲੇ ਉਸ ਤੇ ਆਪਣੇ ਦੂਸਰੇ ਚੈਨਲ ਤੇ ਸ਼ੇਅਰ ਕਰੀ ਤੇ ਤੁਸੀਂ ਵੀ ਨੂੰਲੇ ਉਸ ਤੇ ਕਿੱਥੋਂ ਕਿੱਥੋਂ ਆ ਰਿਹਾ ਰੋਮਾ ਤੋਂ ਆਇਆ ਸੀ ਬਲੋਨੀਆ ਤੋਂ ਨਾਪੋਲੀ ਤੋਂ ਲਾਤੀ ਤਾ ਤੋਂ ਕਸੈਰ ਤਾ ਹੌਜਾ ਤੇ ਬਾਕੀ ਨੂਲੇ ਉਸ ਤੇ ਹਜੇ ਵੀ ਨਿਕਲ ਰਿਹਾ ਕੋਈ ਚੱਕਰ ਨਹੀਂ ਕਈ ਮੇਰੇ ਵੀਰ ਹਜੇ ਕਮੈਂਟ ਕਰਦੇ ਆ ਇਹੋ ਜਿਹਾ ਕਮੈਂਟ ਕਰਦੇ ਆ ਉਹ ਪੁੱਛਦੇ ਵੀ ਭਾਈ ਨੂਲੇ ਉਸ ਤੇ ਨਿਕਲਣਾ ਸਟਾਰਟ ਹੋ ਗਏ ਆ ਕਿ ਨਹੀਂ ਸੋ ਦੋਸਤੋ ਨੂਲੇ ਉਸ ਤੇ ਸਟਾਰਟ ਨਿਕ ਸਟਾਰਟਿੰਗ ਦੇ ਐਂਡ ਤੇ ਤੱਕ ਪਹੁੰਚ ਗਏ ਆ ਤਕਰੀਬਨ ਨੂਲੇ ਉਸ ਤੇ ਨਿਕਲ ਰਿਹਾ ਬਾਕੀ ਅਪਾਇੰਟਮੈਂਟਾਂ ਅਪਾਇੰਟਮੈਂਟਾਂ ਹੁਣ ਜੁਲਾਈ ਤੱਕ ਦਾ ਪਹੁੰਚ ਗਿਆ ਟਾਈਮ ਜੁਲਾਈ ਤੱਕ ਦੀਆਂ ਬੁੱਕ ਹੋ ਰਹੀਆਂ ਜੇ ਕਿਸੇ ਮੇਰੇ ਵੀਰ ਕੋ ਆਪ ਨਹੀਂ ਚੈੱਕ ਹੁੰਦੀ ਸਕਰੀਨ ਤੇ ਤੁਸੀਂ ਨੰਬਰ ਵੇਖ ਰਹੇ ਹੋ ਚਾਹਣ ਉਹਦੇ ਨਾਲ ਕੰਟੈਕਟ ਕਰਕੇ ਪੁਆਇੰਟ ਮਟਾਪ オーਪਨਿੰਗ ਆ ਬੁੱਕ ਕਰਵਾ ਸਕਦੇ ਹਾਂ ਤੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹਨੂੰ ਮੈਂ ਰੈਫਰ ਕਰਦਾ ਕਿਉਂਕਿ ਮੈਂ ਆਪਦੀ ਗਾਰੰਟੀ ਆਪਦੀ ਤਸੱਲੀ ਤੇ ਰੈਫਰ ਕਰਦਾ ਹਾਂ ਉਹਨਾਂ ਬੰਦੇ ਨੂੰ ਵੀ ਫਲਾਣੇ ਬੰਦੇ ਤੋਂ ਅਪਾਇੰਟਮੈਂਟ ਲਓ ਜੀ ਤਾਂ ਆਪ ਕੰਮ ਕਰਾਇਆ ਹੋਵੇ ਤੇ ਤੁਸੀਂ ਕਿਸੇ ਰਹੀਂ ਵੀ ਅਪਾਇੰਟਮੈਂਟ ਚੁਕਵਾ ਸਕਦੇ ਹੋ ਪਰ ਜੇ ਦੀ ਇਹ ਚੋਹਾਨ ਵੀਰ ਦੀ ਉਹ ਗਾਰੰਟੀ ਮੇਰੀ ਆ ਵੀ ਜੇਕਰ ਕੋਈ ਹੀਰਾ ਫਿਰੀ ਜਗ੍ਹਾ ਕੰਮ ਹੋਵੇ ਜਾਂ ਦੋ ਨੰਬਰ ਦਾ ਕੰਮ ਹੋਵੇ ਉਹ ਗਾਰੰਟੀ ਮੇਰੀ ਆ ਵੀ ਚੋਹਾਨ ਵੀਰ ਦੇ ਨਾਲ ਮੈਂ ਕੰਮ ਕੀਤਾ ਮਤਲਬ ਮੈਂ ਅਪਾਇੰਟਮੈਂਟਾਂ ਖੁਦ ਚੁਕਵਾਈਆਂ ਆਪਦੇ ਬੰਦਿਆਂ ਦੀਆਂ ਚੁਕਾਈਆਂ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਆ ਇਸ ਕਰਕੇ ਮੈਂ ਰੈਫਰ ਕਿਸੇ ਕਿਸੇ ਬੰਦੇ ਨੂੰ ਕਰਦਾ ਹਾਂ ਨਾ ਸਾਰਿਆਂ ਨੂੰ ਰੈਫਰ ਨਹੀਂ ਕਰਦਾ ਤਾਂ ਬਾਕੀ ਤੁਹਾਡੀ ਮਰਜ਼ੀ ਹੈ ਕਿਸੇ ਦਾ ਵੀ ਚੱਕ ਸਕਦੇ ਆ ਨੂਲੇ ਉਸ ਤੇ ਦੀ ਗੱਲ ਕਰਦਾ ਨੂਲੇ ਉਸ ਤੇ ਤੇ ਨਾਮ ਸਰਨੇਮ ਤੇ ਡੇਟ ਆਫ ਬਰਥ ਜੇਕਰ ਗਲਤੀ ਆ ਜਾਂਦੀ ਹੈ ਤੁਹਾਡੇ ਪਾਸਪੋਰਟ ਤੇ ਪਾਸਪੋਰਟ ਨੂੰ ਛੱਡੋ ਜਿਵੇਂ ਤੁਹਾਡੀ ਰਸੀਦ ਤੇ ਆ ਜੇ ਤੁਹਾਨੂੰ ਰਸੀਦ ਮਿਲੀ ਆ ਇਹ ਪ੍ਰਪਰਨ ਦੀ ਤੇ ਜਾਂ ਉਸ ਤੋਂ ਬਾਅਦ ਨੂਲਾ ਉਸਤਾ ਨਿਕਲਿਆ ਨੂਲੇ ਉਸਤੇ ਤੇ ਉਹਦੇ ਵਿੱਚ ਗਲਤੀ ਆ ਗਈ ਰਸੀਦ ਦੇ ਵਿੱਚ ਤੇ ਨੂਲੇ ਉਸਤੇ ਦੇ ਵਿੱਚ ਇਹ ਚੈੱਕ ਕਰੋ ਚੈੱਕ ਜਰੂਰ ਕਰਿਆ ਕਰੋ ਜੇ ਗਲਤੀ ਆ ਗਈ ਤੇ ਤੁਹਾਨੂੰ ਨੂਲਾ ਉਸਤਾ ਜਮਾ ਕਰਾਉਣ ਤੋਂ ਪਹਿਲਾਂ ਇਟਲੀ ਤੋਂ ਹੀ ਜਿਹਨੇ ਤੁਹਾਡੇ ਪੇਪਰ ਭਰੇ ਭੁਆਏ ਆ ਉਹਨਾਂ ਨੂੰ ਕਹਿ ਕੇ ਇਹਦੀ ਕਰੈਕਸ਼ਨ ਕਰਵਾਓ ਕਰੈਕਸ਼ਨ ਕਰਵਾ ਕੇ ਉਹਦੀ ਇੱਕ ਜਿਹੜੀ ਕਰੈਕਸ਼ਨ ਦੀ ਮੇਲ ਆ ਉਹਦੀ ਇੱਕ ਕਾਪੀ ਮਤਲਬ ਪਰੇਕਸ਼ਨ ਕਰਵਾਈ ਦੀ ਇੱਕ ਕਾਪੀ ਫਿਰ ਨਾਲ ਲੈ ਕੇ ਫਿਰ ਅੰਬੈਸੀ ਦੇ ਵਿੱਚ ਜਮ੍ਹਾਂ ਕਰਾਓ ਫਿਰ ਕੋਈ ਦਿੱਕਤ ਨਹੀਂ ਆਉਣੇਗੀ ਜੇਕਰ ਉਸ ਤੋਂ ਬਿਨਾ ਤੁਸੀਂ ਅੰਬੈਸੀ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਆ ਫਿਰ ਤਾਂ ਅੰਬੈਸੀ ਦੇ ਵਿੱਚ ਕੇਸ ਆ ਜਿਹੜਾ ਉਹ ਲਟਕਿਆ ਰਹਿਣਾ ਫਿਰ ਟਕਰਾ ਮਾਰੀ ਜਾਓਗੇ ਫਿਰ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੇ ਸੋ ਅੰਬੈਸੀ ਦੇ ਵਿੱਚ ਫਾਈਲ ਜਮ੍ਹਾਂ ਕਰਾਉਣ ਤੋਂ ਪਹਿਲਾਂ ਆਪ ਦੀ ਆਪਣੀ ਟ੍ਰੈਕਸ਼ਨ ਜਿਹੜੀ ਕਰਵਾ ਲਿਆ ਕਰੋ ਸੋ ਦੋਸਤੋ ਇਹ ਸੀ ਮੇਨ ਮੇਨ ਅਪਡੇਟ ਮੇਨ ਮੇਨ ਜਾਣਕਾਰੀ ਮਿਲਦੀ ਹੈ ਅਗਲੀ ਅਪਡੇਟ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ